ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਹਨ ਜਿੱਥੇ ਅੱਜ ਤੋਂ ਹੀ ਜਨਤਾ ਕਰਫਿਊ ਲਾਗੂ ਹੋ ਗਿਆ ਹੈ ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੇ ਹੁਕਮਾਂ ਤੋਂ ਬਾਅਦ ਪੂਰੇ ਜ਼ਿਲ੍ਹੇ ਭਰ ਵਿੱਚ ਅੱਜ ਸ਼ਾਮ 7 ਵਜੇ ਤੋਂ ਹੀ ਜਨਤਾ ਕਰਫਿਊ ਲਾਗੂ ਕੀਤਾ ਗਿਆ ਹੈ। ਇਸ ਮੌਕੇ ਡੇਰਾ ਬਾਬਾ ਨਾਨਕ ਦੇ SHO ਦਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਵੱਖ ਵੱਖ ਥਾਵਾਂ 'ਤੇ ਜਾ ਕੇ ਇਹ ਦੁਕਾਨਾਂ ਬੰਦ ਕਰਵਾਈਆਂ, ਜਿਸ ਤਰ੍ਹਾਂ ਦੁਕਾਨਦਾਰਾਂ ਵੱਲੋਂ ਵੀ ਪੁਲਿਸ ਨੂੰ ਪੂਰਾ ਸਹਿਯੋਗ ਕੀਤਾ ਗਿਆ। ਦੁਕਾਨਦਾਰਾਂ ਦਾ ਵੀ ਮੰਨਣਾ ਹੈ ਕਿ ਇਹ ਉਹਨਾਂ ਦੇ ਭਲੇ ਲਈ ਹੀ ਹੈ। ਹਾਂਜੀ, ਡੇਰਾ ਬਾਬਾ ਨਾਨਕ ਤੋਂ SS ਸਾਹਿਬ ਆਏ ਸੀ ਅਤੇ ਉਹਨਾਂ ਨੇ ਮਾਰਕੀਟ ਸਾਰੀ ਬੰਦ ਕਰਾਈ ਆ। ਅਸੀਂ ਵੀ ਉਹਨਾਂ ਨਾਲ ਸਹਿਮਤ ਹਾਂ ਕਿ ਇਹ ਜਿਹੜੀ ਬਿਮਾਰੀ ਆ, ਭਿਆਨਕ ਬਿਮਾਰੀ ਤੋਂ ਬਚਣਾ ਚਾਹੁੰਦੇ ਹਾਂ। ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਇਹ ਬਿਮਾਰੀ, ਸਾਰੇ ਜਣੇ ਸਹਿਯੋਗ ਦੇਣ ਪੁਲਿਸ ਦਾ ਅਤੇ ਇਹ ਬਿਮਾਰੀ ਤੋਂ ਦੂਰ ਰਹਿ ਸਕਿਆ ਜਾਏ। ਨਾ ਕੋਈ ਇਤਰਾਜ਼ ਨਹੀਂ, ਬੰਦ ਕਰ, ਪੂਰਾ ਪੂਰਾ ਜਿਹੜੇ ਲਾਗੇ ਖੋਲੇਗਾ ਉਹਨੂੰ ਵੀ ਕਹਾਂਗੇ ਬੰਦ ਕਰ, ਜਿਹੜੇ ਬੰਦੇ ਚਾਰ ਇਕੱਠੇ ਹੋਣਗੇ ਉਹਨਾਂ ਨੂੰ ਕਹਾਂਗੇ ਨਾ ਇਕੱਠੇ ਹੋਵੋ। ਸਰਕਾਰ SHO ਸਾਹਿਬ ਆਏ ਡੇਰਾ ਬਾਬਾ ਨਾਨਕ ਤੋਂ, ਉਹਨਾਂ ਬੰਦ ਕਰਾਈਆਂ ਨੇ, ਕਹਿਣ ਡੇ ਨੇ ਵੀ ਬੰਦ ਕਰ ਦਿਓ, ਸਰਕਾਰ ਦੇ ਨਾਲ ਹੈ, ਜਿੱਦਾਂ ਸਰਕਾਰ ਰੱਖ ਕੇ ਅਸੀਂ ਉੱਦਾਂ ਸਹਿਯੋਗ ਕਰਨ ਤਿਆਰ ਹੈ। ਇਹ ਆਹ ਕੋਰੋਨਾ ਵਾਇਰਸ ਕਰਕੇ ਜੀ, ਹਾਂ ਬਹੁਤ ਵਧੀਆ ਜੀ, ਇਹ ਤਾਂ ਜਨਤਾ ਦਾ ਭਲੇ ਵਾਸਤੇ ਕਰਾ ਰਹੇ, ਕੋਈ ਗੱਲ ਨਹੀਂ ਜੀ। ਅੱਜ ਬੰਦ ਕਰਾਇਆ ਜਾ ਰਿਹਾ। ਮੈਂ SHO ਡੇਰਾ ਬਾਬਾ ਨਾਨਕ ਦਲਜੀਤ ਸਿੰਘ, ਡੇਰਾ ਬਾਬਾ ਨਾਨਕ ਵਾਸੀਆਂ ਨੂੰ ਅਪੀਲ ਕਰਦਾ ਕਿ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਬਾਹਰ ਰੋੜਦੇ ਹਾਂ, ਉਹ ਸਾਡੀ ਸੁਰੱਖਿਆ ਵਾਸਤੇ ਆਪਣੇ ਘਰਾਂ ਵਿੱਚ ਰਹਿਣ। ਕਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਆ, ਇਹ ਤੋਂ ਸੁਚੇਤ ਰਹਿਣ ਦੀ ਲੋੜ ਆ। ਅਸੀਂ ਸੁਚੇਤ ਵਾਸਤੇ ਵੱਖ ਵੱਖ ਟੀਮਾਂ ਬਣਾਈਆਂ ਆਪਣੀਆਂ, ਜਿਹੜੀਆਂ ਲੋਕਾਂ ਨੂੰ ਸੁਚੇਤ ਕਰ ਰਹੇ ਨੇ, ਔਰ ਸਾਨੂੰ ਇਸ ਤੋਂ ਬਚਣ ਦੀ ਲੋੜ ਆ। ਜੇ ਆਪਾਂ ਸੁਚੇਤ ਕਰ ਰਵਾਂਗੇ ਆਪਾਂ ਇਸ ਤੋਂ, ਤਾਂ ਮੇਰਾ ਨਹੀਂ ਖਿਆਲ ਕੋਈ ਸਾਨੂੰ ਕਰੋਨਾ ਸਾਡਾ ਵਿਗਾੜ ਸਕੇ, ਪਰ ਜੇ ਆਪਾਂ ਕੋਈ ਅਣਗਹਿਲੀ ਕਰਾਂਗੇ ਤਾਂ ਨੁਕਸਾਨ ਉਠਾਇਆ ਜਾਊਗਾ। ਇਸ ਕਰਕੇ ਅਸੀਂ ਹਰੇਕ ਦੁਕਾਨਦਾਰ ਵੀਰ ਨੂੰ ਅਪੀਲ ਕੀਤੀ ਆ ਅੱਜ ਵੀ ਆਪਣੀ ਦੁਕਾਨ ਬੰਦ ਕਰੋ। ਭੀੜ ਵਾਲੇ ਆ, ਜਿੰਨੀਆਂ ਵੀ ਦੁਕਾਨਾਂ ਸੀਗੀਆਂ, ਜਿੰਨੇ ਵੀ ਹੋਰ ਭੀੜ ਵਾਲੀ ਆ ਜਗ੍ਹਾ ਸੀਗਾ, ਪਹਿਲੇ ਸੀਗਾ, ਸਾਰਿਆਂ ਨੂੰ ਪਹੁੰਚ ਕੇ ਅਪੀਲ ਕੀਤੀ ਆ ਅਤੇ ਸਾਡੀ ਅਪੀਲ ਨੂੰ ਲੋਕਾਂ ਮੰਨਿਆ ਵੀ ਆ, ਬੰਦ ਵੀ ਕੀਤੀ ਆ, ਅਤੇ ਆਸ ਕਰਦਾ ਵੀ ਕੱਲ੍ਹ ਵਾਸਤੇ ਕੱਲ੍ਹ ਨੂੰ ਵੀ ਸਾਨੂੰ ਇਹ ਪੂਰਾ ਸਹਿਯੋਗ ਕਰਨਗੇ, ਜਿਵੇਂ ਸਰਕਾਰ ਵੱਲੋਂ 7 ਵਜੇ ਤੋਂ ਲੈ ਕੇ ਸਵੇਰੇ ਰਾਤ 9 ਵਜੇ ਤੱਕ ਬੰਦ ਦਾ ਹੁਕਮ ਦਿੱਤਾ ਹੈ ਅਤੇ ਉਹਦੀ ਪਾਲਣਾ ਇਨ ਬਿਨ ਕਰਨਗੇ, ਅਤੇ ਅਸੀਂ ਤਤਪਰ ਹਾਂ ਜੀ ਇਹਦੇ ਵਾਸਤੇ ਬੈਠੇ। ਕੱਲ੍ਹ ਤੱਕ ਵੇਖੋ ਜੀ, ਅਜੇ ਤੱਕ ਸਾਨੂੰ ਕੱਲ੍ਹ ਦਾ ਹੁਕਮ ਆਇਆ, ਜੇ ਕੋਈ ਅੱਗੇ ਆਊਗਾ ਤਾਂ ਫਰਦਰ ਜਿਹੜਾ ਪਬਲਿਕ ਨੂੰ ਧਿਆਨ ਵਿੱਚ ਲਿਆਂਦੇ ਹੋ। ਤੁਹਾਨੂੰ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾਂ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਕਿਉਂਕਿ ਗੁਰਦਾਸਪੁਰ ਵਿੱਚ ਫਿਲਹਾਲ ਕੋਈ ਵੀ ਕੋਰੋਨਾ ਵਾਇਰਸ ਤੋਂ ਪੀੜਤ ਕੇਸ ਨਹੀਂ ਹੈ, ਇਸ ਨੂੰ ਧਿਆਨ 'ਚ ਰੱਖ ਕੇ ਅਹਤਿਆਤ ਵਜੋਂ ਹੀ ਇਹ ਜਨਤਾ ਕਰਫਿਊ ਇੱਕ ਦਿਨ ਪਹਿਲਾਂ ਹੀ ਲਾਗੂ ਕੀਤਾ ਗਿਆ ਹੈ। ਉਹਨਾਂ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੁਡੇ।